ਇਸ ਵੇਲੇ ਦੀ ਵੱਡੀ ਖਬਰ ਸਾਧੂ ਸਿੰਘ ਧਰਮਸੋਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਸਾਧੂ ਸਿੰਘ ਧਰਮਸੋਤ ਨੇ ਜਿਹੜੇ ਈਡੀ ਦੀ ਰਡਾਰ ਤੇ ਚੜ ਚੁੱਕੇ ਨੇ ਈਡੀ ਦੇ ਵੱਲੋਂ ਉਹਨਾਂ ਦੇ ਘਰ ਸਵੇਰੇ ਤੜਕਸਾਰ ਹੀ ਛਾਪਾਂ ਮਾਰਿਆ ਗਿਆ ਅਮਲੋ ਰਿਹائش ਦੇ ਉੱਪਰ ਈਡੀ ਆ ਜਿਹੜੀ ਉਹ ਪਹੁੰਚੀ ਆ ਉਹਨਾਂ ਦੇ ਟਿਕਾਣਿਆਂ ਦੇ ਉੱਪਰ ਉਹਨਾਂ ਦੇ ਘਰ ਦੇ ਉੱਪਰ ਜਿਹੜੀ ਛਾਪੇ ਮਾਰੀ ਆ ਉਹ ਚੱਲ ਰਹੀ ਆ ਤਾਦਾਦ ਦੇ ਕਿ ਸਾਬਕਾ ਜੰਗਲਾਤ ਮੰਤਰੀ ਸੀਗੇ ਸਾਧੂ ਸਿੰਘ ਧਰਮਸੋਤ ਆ ਇਲਜ਼ਾਮ ਲੱਗੇ ਸੀ ਜੰਗਲਾਤ ਕੋਟਾਲੇ ਦੇ ਜਿਹੜੇ ਦੋਸ਼ ਲਗਾਏ ਗਏ ਸੀ ਇਲਜ਼ਾਮ ਲਗਾਏ ਗਏ ਸੀ ਤਾਂ ਜਸਦੇਹ ਚੱਲਦੇ ਹੋਏ ਇਹ ਮਾਮਲਾ ਸੀ ਜਿਹੜਾ ਜਿਸ ਦੇ ਚੱਲਦੇ ਹੋਏ ਸਾਧੂ ਸਿੰਘ ਧਰਮਸੋਤ ਦੇ ਘਰ ਜਿਹੜਾ ਈਡੀ ਦਾ ਛਾਪਾ ਪਿਆ ਤਾਂ ਈਡੀ ਦੇ ਵੱਲੋਂ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਸਵੇਰੇ ਤੜਕਸਾਰ ਹੀ ਈਡੀਆ ਜਿਹੜੀ ਅਮਲੋਦੇ ਵਿੱਚ ਪਹੁੰਚਿਆ ਤਾਂ ਉਹਨਾਂ ਦੇ ਘਰ ਤੇ ਤੇ ਟਿਕਾਣਿਆਂ ਦੇ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਇੱਥੋਂ ਤੱਕ ਕਿ ਜਿਹੜੇ ਸਾਧੂ ਸਿੰਘ ਦੇ ਸਾਧੂ ਸਿੰਘ ਧਰਮਸੋਧ ਦੇ ਸਾਥੀ ਸੀਗੇ ਉਹਨਾਂ ਦੇ ਟਿਕਾਣਿਆਂ ਤੇ ਉਹਨਾਂ ਦੇ ਘਰਾਂ ਦੇ ਉੱਪਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੰਗਲਾਤ ਕੋਟਾਲੇ ਦਾ ਇਹ ਮਾਮਲਾ ਸੀ ਤਾਂ ਜਦੋਂ ਸਾਬਕਾ ਮੰਤਰੀ ਸੀਗੇ ਜਦੋਂ ਮੰਤਰੀ ਸੀ ਜੰਗਲਾਤ ਮੈਕਮੇ ਦੇ ਤਾਂ ਉਦੋਂ ਦੋਸ਼ ਲੱਗੇ ਸੀਗੇ ਕਰੋੜਾਂ ਰੁਪਏ ਦੇ ਘਟਾਲੇ ਕਰਨ ਦੇ ਦੋਸ਼ ਲਗਾਏ ਗਏ ਸੀ আর ਜਿਸ ਦੇ ਚੱਲਦੇ ਹੋਏ ਈਡੀ ਦੇ ਵੱਲੋਂ ਉਹਨਾਂ ਦੇ ਉੱਪਰ ਨਜ਼ਰ ਰੱਖੀ ਗਈ ਤੇ ਅੱਜ ਜਿਹੜਾ ਉਹਨਾਂ ਦੇ ਘਰ ਛਾਪਾ ਮਾਰਿਆ ਗਿਆ ਤਾਂ ਈਡੀ ਸਵੇਰੇ ਤੜਕਸਾਰੀ ਅਮਲੂ ਦੇ ਵਿੱਚ ਪਹੁੰਚੀ ਆ ਤਾਂ ਈਡੀ ਦੇ ਵੱਲੋਂ ਉਹਨਾਂ ਦੀ ਰਿਹائش ਤੇ ਉਹਨਾਂ ਦੇ ਘਰ ਦੇ ਉੱਪਰ ਜਿਹੜਾ ਛਾਪਾ ਸ਼ੁਰੂ ਕੀਤਾ ਗਿਆ ਤਾਂ ਸਵੇਰ ਤੋਂ ਹੀ ਜਿਹੜਾ ਇਹ ਛਾਪਾ ਹੈ ਉਹ ਸ਼ੁਰੂ ਕੀਤਾ ਗਿਆ ਜਾਂਚ ਚੱਲ ਰਹੀ ਆ ਤਾਂ ਦੇਖਣ ਜੋਗੇ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਨੇ ਜਿਹੜੇ ਵੱਡੇ ਖੁਲਾਸੇ ਹੋਣਗੇ ਤਾਂ ਜਿਹੜੇ ਸਾਧੂ ਸਿੰਘ ਧਰਮਸੋਧ ਦੇ ਹੋਰ ਸਾਥੀ ਸੀਗੇ ਸਹਿਯੋਗੀ ਸੀ ਉਹਨਾਂ ਦੇ ਨੇੜੇ ਵਾਲੇ ਜਿਹੜੇ ਕਹਿ ਲਈਏ ਸਾਥੀ ਸੀਗੇ ਉਹਨਾਂ ਦੇ ਘਰ ਵੀ ਈਡੀ ਦੇ ਵੱਲੋਂ ਜਿਹੜੀ ਰੇਡ ਕੀਤੀ ਗਈ ਆ ਤਾਂ ਪਹਿਲਾਂ ਵੀ ਬਿਜੀਲੈਂਸ ਦੇ ਵੱਲੋਂ ਉਹਨਾਂ ਦੇ ਘਰ ਰੇਡ ਪਈ ਸੀ ਤਾਂ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਆ ਤਾਂ ਸਵੇਰੇ ਤੜਕਸਾਰੀ ਈਡੀ ਆ ਜਿਹੜੀ ਅਮਲੋਵ ਵਿਖੇ ਪਹੁੰਚੀ ਆ ਕਿਉਂਕਿ ਅਮਲੋ ਆ ਜਿਹੜੀ ਸਾਧੂ ਸਿੰਘ ਧਰਮਸੋਧ ਦੀ ਰਿਹਾਇਸ਼ਾ ਘਰ ਹੈ ਤੇ ਘਰ ਦੇ ਉੱਪਰ ਜਿਹੜਾ ਈਡੀ ਦੇ ਵੱਲੋਂ ਛਾਪਾਂ ਮਾਰਿਆ ਜਾ ਰਿਹਾ